ਦੇਖੋ ਸਾਡਾ ਐਜੂਕੇਸ਼ਨ ਸਿਸਟਮ ਬੜਾ ਡਿਫਰੈਂਟ ਹੈ। ਅੱਜ ਮਾਂ ਬਾਪ ਬੱਚਾ ਸੈਟਲ ਕਰਨਾ ਚਾਹੁੰਦੇ ਆ, ਅਸੀਂ ਬੱਚਿਆਂ ਨੂੰ ਜ਼ਿਆਦਾ ਫੈਸਿਲਿਟੀਆਂ ਦੇ ਕੇ ਬੱਚਿਆਂ ਵਿਗਾੜ ਦਿੰਦੇ। ਅੱਜ 5 ਜਾਂ 10% ਬੱਚੇ ਆ ਜਿਹੜੇ ਡਾਕਟਰ ਬਣਦੇ ਆ। ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਬੇਸਿਕ ਹੈ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ। ਹੁਣ ਜਦੋਂ ਬਾਹਰ ਜਾਣ ਦੀ ਗੱਲ ਆਉਂਦੀ ਹੈ ਤਾਂ ਬਾਹਰ ਜਾਣ 'ਚ ਅਕਸਰ ਪਿੰਡਾਂ ਵਾਲੇ ਲੋਕ ਪਹਿਲਾਂ ਆਉਂਦੇ ਆ, ਅਤੇ ਨੈਗੇਟਿਵ ਕੀ ਆ ਕਿ ਜਿਹਦਾ ਇੱਕੋ ਇੱਕ ਬੱਚਾ ਉਹ ਵੀ ਬਾਹਰ ਭੇਜੀ ਜਾ ਰਿਹਾ, ਉਹਨੂੰ ਬੁਢਾਪੇ 'ਚ ਕੌਣ ਸੰਭਾਲੂਗਾ? ਹੁਣ ਜਿਹਦੇ ਕੋਲ ਮੋਬਾਈਲ ਹੀ 2 ਨੇ ਉਹਨੂੰ ਕੌਣ ਕੀ ਕੰਮ ਦੇਗਾ? ਅਤੇ ਜਿਹੜੀ ਪੜ੍ਹਾਈਆਂ ਅਸੀਂ ਪੜ੍ਹੀਆਂ ਵਾ ਉਹ ਪੜ੍ਹਾਈਆਂ ਸਾਡੇ ਕੰਮ ਨਹੀਂ ਆਉਂਦੀਆਂ ਪਈਆਂ। ਸਾਡੇ ਲੋਕ ਉਹ ਕੰਮ ਕਰਦੇ ਹੀ ਨਹੀਂ, ਸਾਡੇ ਲੋਕਾਂ ਨੂੰ ਸ਼ਰਮ ਆਉਂਦੀ ਹੈ, ਸਾਡੇ ਲੋਕ ਇਹੀ ਕੰਮ ਬਾਹਰ ਜਾ ਕੇ ਕਰਦੇ ਆ। ਅਤੇ ਇੱਕੋ ਇੱਕ ਤੁਹਾਡਾ ਬੱਚਾ ਵਾ ਉਹ ਵੀ ਤੁਸੀਂ ਬਾਹਰ ਭੇਜਤਾ, ਤਾਂ ਤੁਹਾਡੀ ਸਾਂਭ ਸੰਭਾਲ ਕਿਹਨੇ ਰੱਖਣੀ ਹੈ? ਜੇਕਰ ਤੁਹਾਡਾ ਇੱਕੋ ਇੱਕ ਬੱਚਾ ਵਾ, ਪੈਸੇ ਤੁਹਾਡੇ ਕੋਲ ਨਹੀਂ ਹੈਗੇ, ਨਾ ਕਦੀ ਵੀ ਚੈੱਕ ਕਰਦਾ ਚੁੱਕ ਕੇ ਭੇਜੋ। ਅੱਜ ਦੀ ਡੇਟ ਦੇ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਨਾ ਤਾਂ ਸਾਨੂੰ ਚੰਗਾ ਡਾਕਟਰ ਮਿਲਦਾ ਪਿਆ, ਨਾ ਚੰਗਾ ਇੱਥੇ ਪਲੰਬਰ ਹੈ, ਨਾ ਇੱਥੇ ਚੰਗਾ ਕਾਰਪੈਂਟਰ। 18 ਸਾਲ ਦਾ ਬੱਚਾ ਆਪਣਾ, ਉਹ 18 ਸਾਲ ਤੋਂ ਤੁਹਾਡੇ ਨਾਲ ਰਹਿ ਰਿਹਾ, ਤੁਸੀਂ ਅੱਜ ਬੱਚਾ ਆਪਣਾ ਕੈਨੇਡਾ ਭੇਜ ਲਿਆ, ਤੁਸੀਂ ਆਪਣੀ ਮੌਤ ਤੱਕ, ਐਂਡ ਤੱਕ, ਆਪਣੀ ਸਾਰੀ ਜ਼ਿੰਦਗੀ ਤੱਕ ਉਸ ਬੱਚੇ ਨੂੰ ਕਿੰਨੀ ਵਾਰੀ ਮਿਲੋਗੇ? ਦੱਸੋ, 5 ਵਾਰੀ ਜਾਂ 10 ਵਾਰੀ? ਲੋਕ ਅਕਸਰ ਕਹਿੰਦੇ ਆ, ਬਹੁਤ ਸਾਰੇ ਲੋਕ ਕਮੈਂਟ ਕਰਦੇ, ਪੰਜਾਬ ਖਾਲੀ ਕਰਦੇ ਪਏ ਹੋ ਤੁਸੀਂ, ਅਸੀਂ ਆਪਣਾ ਕੰਮ ਕਰਦੇ ਪਏ ਹਾਂ। ਸਮਝ ਤਾਂ ਲੋਕਾਂ ਨੂੰ ਵੀ ਹੋਣੀ ਚਾਹੀਦੀ ਨਾ, ਬੱਚਾ ਉੱਥੇ ਜਾ ਕੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਜਦੋਂ ਕਿਸੇ ਨੂੰ ਕੰਮ ਨਹੀਂ ਮਿਲਦਾ। ਕਰਜ਼ਾ ਚੁੱਕ ਕੇ ਨਾ ਭੇਜੋ, ਆਪਣਾ ਦੇਸ਼ ਛੱਡ ਕੇ ਬਾਹਰ ਜਾਣਾ ਕੋਈ ਹੱਲ ਨਹੀਂ ਹੈਗਾ। ਬਟ ਸਾਡਾ ਮਕਸਦ ਕੀ ਹੈ? ਸਾਡਾ ਮਕਸਦ ਤੁਹਾਨੂੰ ਜਾਗਰੂਕ ਕਰਨਾ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਵਿਨੇ ਹਰੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੀ, ਵੀਜ਼ੇ ਬਾਰੇ, ਸਟੱਡੀ ਵੀਜ਼ੇ ਬਾਰੇ। ਤਾਂ ਬੜਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਸਾਡੇ ਸਟੂਡੀਓ। ਅੱਛਾ, ਇੱਕ ਮੇਰੇ ਜਹਿਨ 'ਚ ਗੱਲ ਆਈ ਕਿ ਆਪਾਂ ਮਾਂ ਪਿਓ ਦਾ ਕੰਮ ਆ ਬੱਚੇ ਨੂੰ ਸੈੱਟ ਕਰਨਾ। ਹਾਂਜੀ ਹਾਂਜੀ। ਹਲੇ ਜਹਾਜ਼ ਉੱਥੇ ਪਹੁੰਚਿਆ ਨਹੀਂ, ਕਹਿੰਦਾ ਸਾਡਾ ਬੱਚਾ ਸੈੱਟ ਹੋ ਗਿਆ। ਦੇਖੋ ਸਾਡਾ ਐਜੂਕੇਸ਼ਨ ਸਿਸਟਮ ਬੜਾ ਡਿਫਰੈਂਟ ਹੈ। ਅੱਜ ਮਾਂ ਬਾਪ ਬੱਚਾ ਸੈਟਲ ਕਰਨਾ ਚਾਹੁੰਦੇ ਆ, ਮਾਂ ਬਾਪ ਚਾਹੁੰਦਾ ਕਿ ਮੇਰੇ ਸਿਰੋਂ ਜ਼ਿੰਮੇਵਾਰੀ ਲੱਥੇ। ਅਤੇ ਕੋਈ ਵੀ ਮਾਂ ਬਾਪ ਸਾਰਿਆਂ ਦੇ ਸਾਂਝੇ ਹੀ ਨੇ, ਹਰ ਕਿਸੇ ਦੇ ਮਾਂ ਬਾਪ ਦੇ ਨਾਲ ਹਰ ਕਿਸੇ ਦਾ ਪਿਆਰ ਹੁੰਦਾ, ਔਲਾਦ ਦੇ ਨਾਲ, ਔਲਾਦ ਤੋਂ ਵੱਧ ਕਿਸੇ ਦੇ ਵੀ ਕੁਛ ਨਹੀਂ ਹੁੰਦਾ। ਮਾਂ ਬਾਪ ਚਾਹੁੰਦਾ ਕਿ ਮੇਰਾ ਬੱਚਾ ਉਹ ਸਾਰੀਆਂ ਚੀਜ਼ਾਂ ਲੈ ਲਵੇ ਜਿਹੜੀਆਂ ਮੇਰੇ ਕੋਲ ਨਹੀਂ ਸੀਗੀਆਂ। ਨਹੀਂ ਸੀ ਅਤੇ ਅਸੀਂ ਬੱਚਿਆਂ ਨੂੰ ਜ਼ਿਆਦਾ ਫੈਸਿਲਿਟੀਆਂ ਦੇ ਕੇ ਬੱਚਿਆਂ ਵਿਗਾੜ ਲੈਂਦੇ ਹਾਂ, ਬੱਚੇ ਵਿਗਾੜ ਲੈਂਦੇ। ਅੱਜ 5 ਜਾਂ 10% ਬੱਚੇ ਆ ਜਿਹੜੇ ਡਾਕਟਰ ਬਣਦੇ ਆ, ਅਤੇ ਜਿਹੜਾ ਇੰਡੀਆ 'ਚ ਡਾਕਟਰ ਬਣਦਾ ਵੀ ਉਹਦੇ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹ ਡਾਕਟਰ ਬਣਦਾ। ਅਲਟੀਮੇਟਲੀ ਅੱਜ ਜਦੋਂ ਬੱਚਾ 18 ਸਾਲ ਦਾ ਬੱਚਾ ਇੰਡੀਆ ਤੋਂ ਕੈਨੇਡਾ ਜਾਂਦਾ ਵਾ, ਆਇਲਸ ਕਰ ਲਈ, ਪੀਜ਼ਾ ਅਪਲਾਈ ਕਰਤਾ, ਜਿੱਦਾਂ ਹੀ 12ਵੀਂ ਕਲਾਸ ਹੋਈ, 2 ਮਹੀਨਿਆਂ ਦੇ ਵਿੱਚ ਬੰਦਾ ਕੈਨੇਡਾ ਪਹੁੰਚ ਜਾਂਦਾ, ਅਤੇ 50,000 ਲੱਖ ਰੁਪਇਆ ਬੱਚਾ ਕਮਾਉਣਾ ਸ਼ੁਰੂ ਕਰ ਦਿੰਦਾ ਵਾ। ਅਤੇ ਮਾਂ ਬਾਪ ਨੂੰ ਇੰਨਾ ਹੀ ਲੱਗਦਾ ਵੀ ਚਲੋ ਸਾਡੀ ਜ਼ਿੰਮੇਵਾਰੀ ਲੱਗਦੀ। ਹੁਣ ਇਸ ਚੀਜ਼ ਦਾ ਬੈਨੀਫਿਟ ਵੀ ਹੈ, ਇਸ ਚੀਜ਼ ਦਾ ਨੁਕਸਾਨ ਵੀ ਹੈ, ਬ੍ਰੇਨ ਡਰੇਨ ਵੀ ਇਹਨੂੰ ਹੀ ਅਸੀਂ ਕਹਿੰਦੇ ਹਾਂ। ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਬੇਸਿਕ ਹੈ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜਾ ਬੱਚਾ ਵਾ ਐਵਰੇਜ ਸਟੂਡੈਂਟ ਹੁੰਦਾ ਸਾਡੇ ਕੋਲ ਇੱਥੇ, ਅਤੇ ਐਵਰੇਜ ਬੱਚੇ ਦੇ ਕੋਲ ਸਬਜੈਕਟ ਵੀ ਉੱਦਾਂ ਦੇ ਹੁੰਦੇ ਆ, ਬਾਕੀ ਐਜੂਕੇਸ਼ਨ ਸਿਸਟਮ ਵੀ ਸਾਡਾ ਉੱਦਾਂ ਦਾ। ਜ਼ਿਆਦਾਤਰ ਬੱਚੇ ਪਿੰਡਾਂ ਦੇ ਜਿਹੜੇ ਰਹਿੰਦੇ ਨੇ ਆਰਟਸ ਨਾਲ ਪੜ੍ਹਦੇ ਨੇ। ਹੁਣ ਜਦੋਂ ਕਿਸੇ ਨੇ ਆਰਟਸ ਨਾਲ ਪੜ੍ਹਨਾ ਤਾਂ ਆਰਟਸ ਦੇ ਸਬਜੈਕਟ ਵੀ ਕੀ ਹੁੰਦੇ ਆ? ਆਰਟਸ ਦੇ ਵਿੱਚ ਹੁੰਦੀ ਹਿਸਟਰੀ। ਹੁਣ ਹਿਸਟਰੀ ਜਿਹੜਾ ਬੱਚਾ ਪੜ੍ਹਦਾ ਪਿਆ, ਜਿਹਨੇ ਫਿਜ਼ੀਕਲ ਐਜੂਕੇਸ਼ਨ ਪੜ੍ਹ ਲਈ, ਜਾਂ ਜਿਸ ਬੱਚੇ ਨੇ ਸੋਸ਼ੋਲੋਜੀ ਪੜ੍ਹ ਲਈ, ਇਲੈਕਟਿਵ ਪੰਜਾਬੀ ਪੜ੍ਹ ਲਈ, ਹੁਣ ਉਹ ਬੱਚਾ ਜਦੋਂ ਕੈਨੇਡਾ ਜਾਏਗਾ ਉੱਥੇ ਕਰਨਾ ਵੀ ਕੀ ਉਹਨੇ ਜਾ ਕੇ? ਹੁਣ ਜਦੋਂ ਬਾਹਰ ਜਾਣ ਦੀ ਗੱਲ ਆਉਂਦੀ ਹੈ ਤਾਂ ਬਾਹਰ ਜਾਣ 'ਚ ਅਕਸਰ ਪਿੰਡਾਂ ਵਾਲੇ ਲੋਕ ਪਹਿਲਾਂ ਆਉਂਦੇ ਆ, ਸ਼ਹਿਰਾਂ ਵਾਲੇ ਲੋਕ ਬਾਅਦ 'ਚ ਅਪਲਾਈ ਕਰਦੇ ਆ। ਹੁਣ ਪ੍ਰੋਬਲਮ ਇਹ ਵੀ 18 ਸਾਲ ਦਾ ਬੱਚਾ ਹੋ ਗਿਆ, ਹੁਣ ਇਹਨੂੰ ਸੈੱਟ ਕਰਨਾ। ਸੈੱਟ ਕਰਨਾ, ਹੁਣ ਜਦੋਂ ਇਹਨੂੰ ਅਸੀਂ ਸੈੱਟ ਕਰਨ ਦੀ ਸੋਚਦੇ ਹਾਂ ਤਾਂ 12-15 ਲੱਖ ਰੁਪਏ ਲੱਗ ਜਾਂਦਾ ਕੈਨੇਡਾ ਜਾਣ ਦਾ ਆਰਾਮ ਨਾਲ, ਅਤੇ 15 ਲੱਖ ਰੁਪਏ 'ਚ ਬੱਚਾ ਕੰਮ 'ਤੇ ਲੱਗ ਜਾਂਦਾ ਵਾ, ਰੋਟੀ ਪਾਣੀ ਜੋਗਾ ਹੋ ਜਾਂਦਾ, ਜੋ ਕਿ ਇੱਥੇ ਨਹੀਂ ਹੁੰਦਾ ਸੀਗਾ। ਹੁਣ ਇੱਕ ਚੀਜ਼ ਪੋਜ਼ਿਟਿਵ ਹੈ, ਅਤੇ ਨੈਗੇਟਿਵ ਕੀ ਆ ਕਿ ਜਿਹਦਾ ਇੱਕੋ ਇੱਕ ਬੱਚਾ ਉਹ ਵੀ ਬਾਹਰ ਭੇਜੀ ਜਾ ਰਿਹਾ, ਉਹ ਬੜੀ ਗਲਤ ਗੱਲ ਆ। ਜਿਹਦੇ ਕੋਲ 2-4 ਨਿਆਣੇ ਹੈਗੇ ਆ, ਜਿਹਨੂੰ ਪਤਾ ਵਾ ਵੀ ਇੱਥੇ ਚਲੋ ਬੱਚੇ ਨੂੰ ਨਸ਼ਾ ਲੱਗ ਗਿਆ, ਬੱਚੇ ਨੂੰ ਕੰਮ ਨਹੀਂ ਮਿਲਦਾ ਪਿਆ, ਆਰਥਿਕ ਪੁਜੀਸ਼ਨ ਠੀਕ ਨਹੀਂ ਹੈਗੀ, 1-1.5 ਕਿੱਲਾ ਤੁਹਾਡੇ ਕੋਲ ਪੈਲੀ ਆ, ਤੁਸੀਂ ਜ਼ਰੂਰ ਜਵਾਕ ਆਪਣਾ ਬਾਹਰ ਭੇਜ ਸਕਦੇ ਜੇ, ਉਹ ਵੀ ਜੇ ਤੁਹਾਡੇ 2-3 ਬੱਚੇ ਆ, ਤੁਸੀਂ ਇੱਕ ਬੱਚਾ ਬਾਹਰ ਭੇਜ ਦਿਓ। ਇੱਥੇ ਜਿਹਨਾਂ ਦਾ ਇੱਕ ਇੱਕ ਬੱਚਾ ਉਹ ਵੀ ਬੱਚਾ ਬਾਹਰ ਭੇਜੀ ਜਾ ਰਿਹਾ, ਕੱਲ੍ਹ ਨੂੰ ਬੁਢਾਪੇ 'ਚ ਕੌਣ ਸੰਭਾਲੂਗਾ? ਬਿਲਕੁਲ, ਜਿਹੜੇ ਬੱਚੇ ਬਿਲਕੁਲ ਵਿਹਲੇ ਤੁਰੇ ਫਿਰਦੇ ਆ ਅਤੇ ਉਹ ਪਤਾ ਕੀ ਕਰਦੇ ਆ, ਐਂ ਜੀਨ ਸ਼ੀਨ ਪਾਈ ਹੈ, ਬੂਟ ਪਾਏ, ਬ੍ਰਾਂਡਡ ਬੂਟ ਪਾਏ ਨੇ, ਕੰਮ ਕੋਈ ਨਹੀਂ ਕਰਦਾ ਨਾ ਖੱਟੂ ਹੈ, ਅਤੇ ਮੈਂ ਕਿਹਾ ਪੁੱਛਿਆ ਉਹਨੂੰ, ਯਾਰ ਤੂੰ ਇੰਨਾ ਵਧੀਆ ਟੋਰਨਾ ਰਹਿਣਾ? ਕਹਿੰਦਾ ਮੇਰਾ ਭਰਾ ਬਾਹਰ ਹੈ ਜੀ। ਹੁਣ ਜਿਹਦਾ ਭਰਾ ਬਾਹਰ ਹੈ ਉਹ ਫਾਇਦਾ ਇੱਥੇ ਵਾਲੇ ਬੰਦੇ ਨੂੰ ਲੈ ਰਿਹਾ, ਜਿਹੜਾ ਭਰਾ ਬਾਹਰ ਹੈਗਾ, ਭਾਜੀ ਕਰੋ ਆਪਾਂ ਇੱਥੇ 30,000 ਰੁਪਇਆ ਮਹੀਨਾ ਕਮਾ ਰਿਹਾ ਬੱਚਾ, ਉੱਥੇ 3 ਲੱਖ ਰੁਪਇਆ ਕਮਾ ਰਿਹਾ, ਇੱਥੇ 30,000 'ਚ ਕੁਛ ਨਹੀਂ ਬਚਦਾ, ਉੱਥੇ 3 ਲੱਖ 'ਚ ਕੁਛ ਬਚ ਜਾਂਦਾ। ਦੇਖੋ ਅਲਟੀਮੇਟਲੀ ਜਿੱਥੇ ਉਹ ਪੈਸੇ ਕਮਾ ਰਿਹਾ, ਉਹ 3 ਲੱਖ ਨਹੀਂ ਕਮਾ ਰਿਹਾ, ਉਹ $5,000 ਕਮਾ ਰਿਹਾ, $5,000। ਅਤੇ ਜੇ ਉਹ 5,000 ਰੁਪਈਏ ਕਮਾ ਰਿਹਾ ਤਾਂ 5,000 'ਚ ਉਹਦਾ 4,000 ਖਰਚਾ ਹੋ ਜਾਣਾ। ਜੇ ਤੁਸੀਂ ਮਿਹਨਤ ਮਜ਼ਦੂਰੀ ਕਰਕੇ, ਸਰੀਰ ਤੋੜ ਕੇ, 18 ਘੰਟੇ ਕੰਮ ਕਰਕੇ ਜੇ 50,000 ਰੁਪਇਆ ਬਚਾ ਵੀ ਲਿਆ ਤਾਂ ਉਹ ਕੋਈ ਉੱਥੇ ਔਖਾ ਨਹੀਂ ਹੈਗਾ। ਇੱਕੋ ਬੱਚਾ ਵੀ ਬਾਹਰ ਭੇਜ ਦਿੰਦੇ ਆ, ਸਾਨੂੰ ਕੱਲ੍ਹ ਨੂੰ ਬਿਮਾਰ ਹੋ ਜਾਏ, ਕੁਛ ਹੋ ਜਾਏ। ਮੈਂ ਆਪਣੀ ਐਗਜ਼ਾਮਪਲ ਦਿੰਦਾ, ਮੇਰਾ ਬੇਟਾ ਕੱਲ੍ਹ ਮੇਰੇ ਚੈਸ
ਰੱਬ ਨਾ ਕਰੇ ਤੁਹਾਨੂੰ ਕੋਈ ਸੀਰੀਅਸ ਬਿਮਾਰੀ ਹੋ ਗਈ, ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ, ਤੇ ਤੁਹਾਨੂੰ ਕਿਡਨੀ ਕਿਹਨੇ ਦੇਣੀ ਹੈ? ਬੱਚੇ ਦੀ ਆਪਣਾ ਬੱਚਾ ਹੀ ਦੇ ਸਕਦਾ ਨਾ, ਦੇ ਸਕਦਾ ਵਾਈਫ ਦੇ ਦੇ, ਇੱਕੋ ਇੱਕ ਤੁਹਾਡਾ ਬੱਚਾ ਵਾ ਉਹ ਵੀ ਤੁਸੀਂ ਬਾਹਰ ਭੇਜਤਾ ਤੇ ਤੁਹਾਡੀ ਸਾਂਭ ਸੰਭਾਲ ਕਿਹਨੇ ਰੱਖਣੀ ਹੈ? ਲੋਕ ਇਸ ਤਰੀਕੇ ਨਾਲ ਲੋਕਾਂ ਨੂੰ ਬੱਚਿਆਂ ਨੂੰ ਬਾਹਰ ਭੇਜਦੇ ਪਏ ਵੀ ਜਿੱਦਾਂ ਪਤਾ ਨਹੀਂ ਇੱਥੇ ਲੜਾਈ ਲੱਗ ਗਈ। ਸਾਰੀਆਂ ਸਹੂਲਤਾਂ ਅੱਜ ਵੀ ਹੈਗੀਆਂ ਤੇ ਟਾਈਮ ਲੱਗਦਾ ਵਾ। ਜਿਹੜਾ ਬੱਚਾ ਅੱਜ ਕਨੇਡਾ ਜਾ ਕੇ 50,000 ਲੱਖ ਰੁਪਇਆ ਕਮਾ ਰਿਹਾ, ਜੇ ਉਹੀ ਬੱਚਾ ਸਵੇਰੇ ਮਜ਼ਦੂਰੀ ਇੱਥੇ ਕਰੇ, ਉਹ ਵੀ ਕੁਛ ਨਾ ਕੁਛ ਸਿੱਖ ਕੇ ਕਰੇ, ਤਾਂ ਉਹ ਵੀ ਬੱਚਾ ਕੁਛ ਨਾ ਕੁਛ ਕਮਾ ਸਕਦਾ। ਜੇਕਰ ਤੁਹਾਡਾ ਇੱਕੋ ਇੱਕ ਬੱਚਾ ਵਾ, ਪੈਸੇ ਤੁਹਾਡੇ ਕੋਲ ਨਹੀਂ ਹੈਗੇ, ਨਾ ਕਦੀ ਵੀ ਕਰਜ਼ਾ ਚੁੱਕ ਕੇ ਭੇਜੋ। ਤੁਹਾਡੇ 4 ਬੱਚੇ ਨੇ, ਤੁਹਾਡੇ ਕੋਲ ਆਮਦਨ ਦਾ ਕੋਈ ਬਹੁਤਾ ਲੰਬਾ ਚੌੜਾ ਰਿਸੋਰਸ ਨਹੀਂ ਹੈਗਾ, ਬੱਚੇ ਸੈੱਟ ਕਰਨੇ ਔਖੇ ਆ, ਜ਼ਰੂਰ ਤੁਸੀਂ ਇੱਕ ਬੱਚਾ ਭੇਜ ਸਕਦੇ ਜੇ। ਅੱਜ ਭੇਡ ਚਾਲ ਦੇ ਮਗਰ ਲੱਗ ਕੇ ਲੋਕ ਆਪਣੀਆਂ ਪੀੜ੍ਹੀਆਂ ਦੇ ਪੀੜ੍ਹੀਆਂ ਬਾਹਰ ਭੇਜੀ ਜਾ ਰਹੇ। ਅੱਜ ਦੀ ਡੇਟ ਦੇ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਨਾ ਤਾਂ ਸਾਨੂੰ ਚੰਗਾ ਡਾਕਟਰ ਮਿਲਦਾ ਪਿਆ, ਨਾ ਚੰਗਾ ਇੱਥੇ ਪਲੰਬਰ ਹੈ, ਨਾ ਇੱਥੇ ਚੰਗਾ ਕਾਰਪੈਂਟਰ ਹੈ। ਅੱਜ ਘਰ ਬਣਾਉਣਾ ਹੋਵੇ, ਹਰ ਬੰਦੇ ਨੂੰ ਪਰੇਸ਼ਾਨੀ ਹੈ ਕਿ ਮਿਸਤਰੀ ਨਹੀਂ ਲੱਭਦੇ, ਮਜ਼ਦੂਰ ਨਹੀਂ ਲੱਭਦੇ। ਅਸੀਂ ਵੱਧ ਪੈਸੇ ਦੇ ਕੇ ਕੰਮ ਕਰਾਉਣ ਨੂੰ ਤਿਆਰ ਹਾਂ, ਸਾਡੇ ਆਪਣੇ ਲੋਕ ਇਹ ਕੰਮ ਹੀ ਕਰਨਾ ਨਹੀਂ ਚਾਹੁੰਦੇ, ਕਰਨਾ ਚਾਹੁੰਦੇ, ਬਿਲਕੁਲ ਠੀਕ ਹੈ। ਜੇ ਇਹੀ ਹਾਲ ਰਿਹਾ ਅਗਲੇ 10 ਸਾਲਾਂ ਦੇ ਵਿੱਚ, ਅਸੀਂ ਦੇਖਾਂਗੇ ਪੰਜਾਬ 'ਚ ਖਾਲੀ ਜੀ। ਇੱਕ ਗੱਲ ਮੈਂ ਤੁਹਾਨੂੰ ਮਤਲਬ ਠੀਕ ਹੈ ਤੁਸੀਂ ਕਹਿ ਰਹੇ ਹੋ, ਮੈਂ ਇੱਕ ਗੱਲ ਦੇਖੀ ਹੈ ਕਿ ਜਦੋਂ ਇੱਥੇ ਬਿਲਕੁਲ ਸਾਡੀਆਂ ਕਮਾਈਆਂ, ਅਗਰ ਬੱਚਾ ਥੋੜ੍ਹਾ ਜਿਹਾ ਪੜ੍ਹ ਜਾਏ 40,000-50,000 ਰੁਪਏ ਮਹੀਨਾ ਕਮਾਏ, ਇੱਥੇ ਬਹੁਤ ਵਧੀਆ, ਅਗਰ ਘਰ ਦੀ ਜ਼ਮੀਨ ਹੈ, ਘਰ ਦਾ ਕੰਮ ਹੈ, ਬਹੁਤ ਵਧੀਆ, ਨਹੀਂ ਭੇਜਣਾ ਚਾਹੀਦਾ ਬੱਚਾ। ਪਰ ਜਦੋਂ ਘਰ ਕੋਈ ਬਿਮਾਰ ਹੋ ਜਾਂਦਾ ਨਾ, ਘਰ ਦੇ ਸਾਰੇ ਪੈਸੇ ਮੁੱਕ ਜਾਂਦੇ ਆ। ਇੱਥੇ ਮੈਡੀਕਲ ਫੈਸਿਲਿਟੀ ਹੈ ਨਹੀਂ, ਉੱਥੇ ਸਿਕਿਉਰਟੀ ਹੈਗੀ ਜੇ ਤੁਸੀਂ ਮੰਨੋ ਭਾਵੇਂ ਨਾ ਮੰਨੋ, ਉੱਥੇ ਬੰਦੇ ਨੂੰ ਮਰਨ। ਸਿਕਿਉਰਟੀ ਨੂੰ ਅਸੀਂ ਕੀ ਕਰਨਾ? ਅੱਜ ਦੀ ਡੇਟ ਦੇ ਵਿੱਚ ਤੁਹਾਡਾ ਬੱਚਾ 18 ਸਾਲ ਦਾ, ਹਾਂਜੀ, ਤੁਸੀਂ 18 ਸਾਲ ਦਾ ਬੱਚਾ ਆਪਣਾ, ਉਹ 18 ਸਾਲ ਤੋਂ ਤੁਹਾਡੇ ਨਾਲ ਰਹਿ ਰਿਹਾ, ਤੁਸੀਂ ਬੱਚੇ ਨੂੰ ਸਵੇਰੇ ਵੀ ਦੇਖਦੇ ਹੋ, ਦੁਪਹਿਰੇ ਵੀ ਦੇਖਦੇ ਹੋ, ਰਾਤੀ ਵੀ ਦੇਖਦੇ ਹੋ, ਸ਼ਾਮ ਨੂੰ ਵੀ ਮਿਲਦੇ ਹੋ, ਬਿਲਕੁਲ ਠੀਕ ਹੈ। ਤੁਸੀਂ ਅੱਜ ਬੱਚਾ ਆਪਣਾ ਕੈਨੇਡਾ ਭੇਜ ਲਿਆ, ਤੁਸੀਂ ਆਪਣੀ ਮੌਤ ਤੱਕ, ਐਂਡ ਤੱਕ, ਆਪਣੀ ਸਾਰੀ ਜ਼ਿੰਦਗੀ ਤੱਕ ਉਸ ਬੱਚੇ ਨੂੰ ਕਿੰਨੀ ਵਾਰੀ ਮਿਲੋਗੇ? ਦੱਸੋ, 5 ਵਾਰੀ ਜਾਂ 10 ਵਾਰੀ? 10 ਵਾਰੀ, 10 ਵਾਰੀ ਤਾਂ ਬਹੁਤ ਜ਼ਿਆਦਾ। ਜਿਹੜਾ ਬੱਚਾ ਅਸੀਂ ਪਾਲਿਆ ਪੋਸਿਆ, ਇਸ ਲਾਇਕ ਬੱਚੇ ਨੂੰ ਬਣਾਇਆ ਕਿ ਸਾਡਾ ਨਾਂ ਰੋਸ਼ਨ ਕਰੇ ਸਮਾਜ ਦੇ ਵਿੱਚ, ਕੱਲ੍ਹ ਦੀ ਡੇਟ ਸਾਡਾ ਕਾਰੋਬਾਰ ਸੰਭਾਲੇ, ਅੱਜ ਤੁਸੀਂ ਬੱਚਾ ਭੇਜ ਦਿਓ ਇਹ ਸੋਚ ਕੇ ਕਿ ਇਹ ਬੱਚਾ ਹੁਣ ਤੁਹਾਡਾ ਨਹੀਂ ਹੈਗਾ। ਨਹੀਂ ਹੈਗਾ, ਬਿਲਕੁਲ ਬਿਲਕੁਲ। ਅੱਗੇ ਦੇਸ਼ ਨਿਕਾਲਾ ਮਿਲਦਾ ਹੁੰਦਾ ਸੀਗਾ, ਹੁਣ ਅਸੀਂ ਪੈਸੇ ਦੇ ਕੇ ਦੇਸ਼ ਨਿਕਾਲਾ ਲੈ ਰਹੇ ਹਾਂ, 15 ਲੱਖ ਚੱਕੋ ਮੇਰੇ ਮੁੰਡੇ ਨੂੰ ਬਾਹਰ ਕੱਢ ਦਿਓ। ਦੇਖੋ ਕਿਤੇ ਨਾ ਕਿਤੇ ਮੇਰਾ ਕਾਰੋਬਾਰ ਹੈ, ਅਸੀਂ ਕਮਰਸ਼ੀਅਲ ਕੰਮ ਕਰਦੇ, ਠੀਕ ਹੈ, ਮੈਂ ਵੀ ਅਲਟੀਮੇਟਲੀ ਪੰਜਾਬ 'ਚ ਹੀ ਰਹਿੰਦਾ। ਨਹੀਂ, ਸੈਂਟੀਮੈਂਟ ਤਾਂ ਜੁੜੇ ਨਾ ਤੁਹਾਡੇ ਪੰਜਾਬ ਨਾਲ, ਤੁਹਾਨੂੰ ਪਤਾ। ਲੋਕ ਅਕਸਰ ਕਹਿੰਦੇ ਆ, ਬਹੁਤ ਸਾਰੇ ਲੋਕ ਕਮੈਂਟ ਕਰਦੇ, ਪੰਜਾਬ ਖਾਲੀ ਕਰਦੇ ਪਏ ਹੋ ਤੁਸੀਂ, ਅਸੀਂ ਆਪਣਾ ਕੰਮ ਕਰਦੇ ਪਏ ਹਾਂ, ਸਮਝ ਤਾਂ ਲੋਕਾਂ ਨੂੰ ਵੀ ਹੋਣੀ ਚਾਹੀਦੀ ਨਾ, ਠੀਕ ਹੈ। ਜਿਹਦੇ ਕੋਲ ਰੋਜ਼ਗਾਰ ਨਹੀਂ ਹੈਗਾ, ਜਿਹਦੇ ਕੋਲ ਕਾਰੋਬਾਰ ਨਹੀਂ, ਰੋਟੀ ਨਹੀਂ ਖਾਣ ਨੂੰ, ਅਗਲਾ ਬੰਦਾ ਦਿਹਾੜੀ ਡੰਗ ਕਰਕੇ ਉੱਥੇ ਜਾ ਕੇ ਪੈਸੇ ਕਮਾ ਲੈਂਦਾ, ਸ਼ਾਰਟਕੱਟ ਹੈ, ਸ਼ਾਰਟਕੱਟ ਹੈ, ਬਟ ਲੋਕ ਤਾਂ ਮਕਾਨ ਵੇਚ ਕੇ, ਪ੍ਰਾਪਰਟੀਆਂ ਵੇਚ ਕੇ, ਜ਼ਮੀਨਾਂ ਕਹਿੰਦੇ ਰੱਖ ਕੇ ਬਾਹਰ ਜਾ ਰਹੇ, ਵੀ ਪਤਾ ਨਹੀਂ ਉੱਥੇ ਜਾ ਕੇ ਕਿਹੜੇ ਡਾਲਰ ਪੇੜਾਂ ਨਾਲ ਲੱਗੇ ਆ। ਪ੍ਰੈਕਟੀਕਲ ਇਹ ਆ ਵੀ ਉੱਥੇ ਵੀ ਹੁਣ ਕੁਛ ਨਹੀਂ ਮਿਲਦਾ, ਬੱਚਾ ਉੱਥੇ ਜਾ ਕੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਜਦੋਂ ਕਿਸੇ ਨੂੰ ਕੰਮ ਨਹੀਂ ਮਿਲਦਾ। ਕਦੀ ਵੀ ਆਪਣਾ ਬੱਚਾ ਤੁਸੀਂ ਕੈਨੇਡਾ ਭੇਜਣਾ, ਕਰਜ਼ਾ ਚੁੱਕ ਕੇ ਕਦੀ ਵੀ ਨਾ ਭੇਜੋ, ਚੀਜ਼ ਤੁਹਾਡੇ ਕੋਲ ਹੀ ਉਹਨੂੰ ਵੇਚ ਦਿਓ, ਕਰਜ਼ਾ ਚੁੱਕ ਕੇ ਨਾ ਭੇਜੋ, ਨਹੀਂ ਤਾਂ ਬੱਚੇ ਦਾ ਉੱਥੇ ਜਾ ਕੇ ਬਹੁਤ ਬੁਰਾ ਹਾਲ ਹੁੰਦਾ। ਪਹਿਲੀ ਤੁਹਾਨੂੰ ਇਹੀ ਹਦਾਇਤ ਦਿਆਂ ਕਿ ਬੱਚਾ ਨਾ ਭੇਜੋ, ਉਹੀ ਬੱਚਾ ਬਾਹਰ ਜਾਵੇ ਜਿਹਦੇ ਮਾਂ ਬਾਪ ਉਹਦੀ ਪੜ੍ਹਾਈ ਅਫੋਰਡ ਕਰ ਸਕਦੇ ਆ, ਜਿਨ੍ਹਾਂ ਦੇ ਕੋਲ ਪੈਸੇ ਆ, ਜਿਨ੍ਹਾਂ ਦੇ 2-3 ਬੱਚੇ ਆ, ਇੱਕ ਬੱਚਾ ਭੇਜ ਸਕਦੇ ਜੇ ਜਾਂ ਕਦੀ ਮਿਲਣ ਜਾ ਸਕਦੇ ਆ। ਅਤੇ ਜੇਕਰ ਤੁਹਾਡਾ ਇੱਕੋ ਇੱਕ ਬੱਚਾ, ਉਹ ਵੀ ਬਾਹਰ ਭੇਜ ਦਿਓਗੇ, ਕੁਛ ਨਹੀਂ ਬਣਨਾ। ਇੱਥੇ ਅੱਗੇ ਪੁਸ਼ਤਾਂ ਦੇ ਨਾਂ ਹੁੰਦੇ ਸੀਗੇ, ਪਿੰਡਾਂ ਦੇ ਵਿੱਚ ਮਸ਼ਹੂਰ ਹੁੰਦੀਆਂ ਸੀ ਕਾਸਟਾਂ, ਹੁਣ ਕੀ ਹੁੰਦਾ ਪਿਆ, ਬੱਚਾ ਜਾਂਦਾ ਵਾ, ਅਲਟੀਮੇਟਲੀ ਮਾਂ ਬਾਪ ਵੀ ਚਲੇ ਗਏ, ਉਹ ਬੱਚੇ ਨੂੰ ਕਿੰਨੀ ਕੁ ਵਾਰੀ ਮਿਲੋਗੇ ਤੁਸੀਂ? ਬੱਚਾ 2-4 ਵਾਰੀ ਮਿਲਣ ਆਜੂਗਾ, ਵਿਆਹ ਕਰਨ ਆਜੂਗਾ, ਆਪਣੇ ਬੱਚਿਆਂ ਨੂੰ ਘੁਮਾਉਣ ਆਜੂਗਾ, ਐਂਡ 5ਵੀਂ 6ਵੀਂ ਵਾਰੀ ਆਪਣੀ ਪ੍ਰਾਪਰਟੀਆਂ ਵੇਚਣ ਹੀ ਜਾਂਦੇ ਪਏ ਲੋਕ। ਅੱਜ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਨਾ ਜੀ, ਸਾਡੇ ਕੋਲ ਬਹੁਤ ਸਾਰੇ ਸਾਡੇ ਦੋਸਤ ਸਟੂਡੈਂਟ ਵੀ ਆਉਂਦੇ ਆ, ਜਦੋਂ ਕੋਈ ਬਾਹਰੋਂ ਆਉਂਦਾ ਤਾਂ 1-2 ਸਾਲ 'ਚ ਇੱਕ ਵਾਰੀ ਬੰਦਾ ਬਾਹਰ ਆਉਂਦਾ, ਤੁਹਾਨੂੰ ਵੀ ਬੜੇ ਲੋਕ ਮਿਲਣ ਆਉਂਦੇ ਆ, ਅਤੇ ਉਹ ਆ ਕੇ ਇੱਦਾਂ ਬਿਹੇਵ ਕਰਦਾ ਵੀ ਮੈਂ 10 ਦਿਨ ਲਈ ਆ ਗਿਆ ਜੇ, ਅਤੇ 10 ਦਿਨਾਂ 'ਚ ਹੀ ਦੀਵਾਲੀ ਆ ਜਾਵੇ, 10 ਦਿਨਾਂ 'ਚ ਹੀ ਸਾਰੇ ਤਿਉਹਾਰ ਆ ਜਾਣ, ਅਤੇ ਸਾਰੇ ਰਿਸ਼ਤੇਦਾਰ ਮੇਰੇ ਨਾਲ 10 ਦਿਨਾਂ 'ਚ ਇੰਜੋਏ ਕਰ ਲਓ, ਇੰਜੋਏ ਕਰ ਲਈਏ, ਬਿਲਕੁਲ ਬਿਲਕੁਲ, ਕਿਉਂਕਿ ਉਹਨੂੰ ਉਹ 10 ਦਿਨ ਲੱਗਦੇ ਕਿ ਇਹ 10 ਦਿਨ ਹੀ ਮੈਨੂੰ ਦੁਨੀਆਂ ਦੇ ਵਿੱਚ ਮਿਲੇ ਜੀਣ ਵਾਸਤੇ, ਮੈਂ ਜ਼ਿੰਦਗੀ 10 ਦਿਨਾਂ 'ਚ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਲਵਾਂ। ਬਹੁਤ ਸਾਰੇ ਲੋਕ ਅੱਜ ਦੇਖੀਦੇ ਜਿਹੜੇ ਕਿ ਛੱਡ ਕੇ ਆ ਰਹੇ ਵਾਪਸ, ਬਿਲਕੁਲ ਜੀ ਬਿਲਕੁਲ, ਸਾਡੇ ਯਾਰ ਦੋਸਤ ਆਉਂਦੇ ਆ ਗਏ, ਪਤਾ ਮੇਰੇ ਕੋਲ 15-20 ਐਗਜ਼ਾਮਪਲ ਆ, ਲੋਕ ਪੱਕੇ ਨੇ, ਕੋਈ ਕੈਨੇਡਾ 'ਚ ਪੱਕਾ, ਕੋਈ ਅਮਰੀਕਾ 'ਚ ਪੱਕਾ, ਕੋਈ ਆਸਟ੍ਰੇਲੀਆ 'ਚ ਪੱਕਾ, ਲੋਕ ਉੱਥੋਂ ਸਾਰਾ ਕੁਛ ਵਿੱਚ ਵੱਟ ਕੇ ਵਾਪਸ ਆ ਰਹੇ ਆ, ਕਿਉਂਕਿ ਜੋ ਵਿਰਸਾ ਸਾਡਾ, ਜੋ ਕਲਚਰ ਹੈ, ਜੋ ਭਾਈਚਾਰਾ ਇੱਥੇ, ਉਹ ਕਿਤੇ ਨਹੀਂ ਹੈਗਾ। ਠੀਕ ਹੈ, ਥੋੜ੍ਹਾ ਜਿਹਾ ਸਰਕਾਰਾਂ ਦਾ ਮਸਲਾ ਠੀਕ ਨਹੀਂ ਹੈਗਾ, ਅਸੀਂ ਉਹ ਠੀਕ ਕਰਨਾ, ਠੀਕ ਨਾ, ਆਪੇ ਸਮਝਣਾ ਨਾ ਚੀਜ਼, ਅੱਜ ਅਸੀਂ ਕਰਪਸ਼ਨ ਨੂੰ ਦੂਰ ਕਰਨਾ ਵਾ, ਸਾਡੇ ਮੈਡੀਕਲ ਫੈਸਿਲਿਟੀਆਂ ਨਹੀਂ ਚੰਗੀਆਂ, ਅਸੀਂ ਉਹ ਲਿਆਉਣੀਆਂ, ਜੇ ਅਸੀਂ ਇਹ ਸੋਚ ਕੇ ਕਿ ਅਸੀਂ ਆਪਣਾ ਬੱਚਾ ਬਾਹਰ ਭੇਜ ਦਾਂਗੇ ਤਾਂ ਕੱਲ੍ਹ ਨੂੰ ਡਾਕਟਰ ਕਿੰਨੇ ਬਣਨਾ ਇੱਥੇ? ਬਿਲਕੁਲ, ਬਾਕੀ
ਠੀਕ ਹੈ ਉੱਥੇ ਦਾ ਸਾਗ ਇੰਨਾ ਸਵਾਦ ਨਹੀਂ ਲੱਗਦਾ, ਪਰ ਉੱਥੇ ਡਰ ਨਹੀਂ ਹੈ ਕਿ ਵਿੱਚ ਕੀੜੇ ਵੀ ਆਉਣਗੇ ਜਾਂ ਉੱਥੇ ਸਪਰੇਅ ਕੀਤਾ ਹੋਏਗਾ। ਬਹੁਤ ਕੁਛ ਉੱਥੇ ਹੈਗਾ, ਜਿਹੜਾ ਬੱਚਾ ਜਾਣਾ ਚਾਹੁੰਦਾ ਜਾਵੇ, ਪਰ ਅਸੀਂ ਫਿਰ ਵੀ ਮਾਂ ਪਿਓ ਨੂੰ ਕਹਾਂਗੇ ਸਾਰੇ ਬੱਚੇ ਨਾ ਭੇਜੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।